بسم اللہ الرحمن الرحیم حسین منی و انا من الحسین. میرے انتہائی پیارے ذی قدر ذی عزت ذی احترام عدداران سید الشہداء زینت ذکر حسین شیعہ سنی بھائی، مذہب دو چیزاں دی وجہ تو بنتا ہے. مذہب دو چیزاں دی وجہ تو یا مذہب بنتا ہے محبت تو یا مذہب بنتا ہے نفرت. باقی جتنے مذہب بنے نے وہ آل محمد دی نفرت تو بنے نے، مذہب شیعہ آل محمد دی محبت تو بنے. ساڈے مذہب دی نسبت جڑے سنی بھائی نہیں جاندے کہ مذہب شیعہ دا بیس کیا ہے، کہ مذہب شیعہ دی حقیقت کیا ہے، وہ ہنن میں گزارش کر رہا ہوں کہ ساڈے مذہب دی کوئی چیز ہی دے گھنو اس دی نسبت آل محمد نال. امام بارگاہ نسبت حسین ساڈی امام آل محمد دے وچو، ساڈا ایک امام بھی ایسا نہیں جڑا آل رسول جو نہ ہو. فضائل ہوندا ہی سنی بھائیاں واسطے، شیعہ واسطے نہیں ہوندا. چونکہ انہوں نے غلط فہمیاں نے، ساڈے وہ بھائی نے، انہوں نے حقیقت دا نہیں پتا. مسجد جو جاندے نے جوان پڑھن کو مولوی دھوکھا دے دیں. شیعہ اس نو عقیدہ ہے جس کے رسول دے بعد امام بارہ ہوں. بولیا کرو نا، سمجھ آؤں گی. اور میں کون ذاکری منانی ہے، میری دن قبر جو لتان ہے. جوانی پڑھ لئی، 47 سال پڑھ لیا، ہوں آخر قوم سنیا ہی ہیں تو میں 47 سال پڑھیا تو اپنے لالچ تو ختم ہو گیا، اپنی ذات دے تو لالچ ختم ہو گیا. ہوں تو سا نے تبلیغ واسطے ساڑھے 12 امام نے، جہے پورے 12 امام ہون علی تو لے کے حجت تک، اس نو شیعہ آکھیا جائے. میں جس دنیا تسی رہ رہے ہیں اس دا جڑا سائنس نے بارڈر دسیا ہے، میں تو دسن لگا. سائنس نے تحقیق نے حد جنوب، جنوب اتوں کہڑی سائڈ بنے گی؟ جنوب تے اتفاق ہی نہیں پہ آتا. اچھا چلو مثال ہی دینی ہے. حد جنوب
ਆਸਟ੍ਰੇਲੀਆ, ਪਾਕਿਸਤਾਨ 'ਚੋਂ 18 ਤੋਂ 22 ਘੰਟੇ ਜਹਾਜ਼ ਦੀ ਪਰਵਾਜ਼ ਹੈ ਜੀ ਜੀ, ਯਾਨੀ ਕਿ ਉਹ ਆਖਰੀ ਮੁਲਕ ਹੈ, ਬਰੇ ਆਜ਼ਮ ਹੈ। ਉੱਥੇ ਜਨੂਬ ਦੀ ਜਿਹੜੀ ਸੀਮਤ ਹੈ ਉਸਦਾ ਬਾਰਡਰ ਹੈ। ਉਸ ਤੋਂ ਅੱਗੇ ਅੱਜ ਤੱਕ ਸਾਇੰਸਦਾਨ ਗਏ ਹੀ ਕੋਈ ਨਹੀਂ, ਸਮੁੰਦਰ ਹੈ, ਬਾਤ ਖਤਮ ਹੋਈ। ਹੱਦੇ ਮਸ਼ਰਕ ਜਦੋਂ ਸੂਰਜ ਤਲੂ ਹੁੰਦਾ, ਨਿਊਜ਼ੀਲੈਂਡ, ਨਿਊਜ਼ੀਲੈਂਡ ਆਖਰੀ ਮੁਲਕ ਹੈ, ਉਸ ਤੋਂ ਅੱਗੇ ਫਿਰ ਸਮੁੰਦਰ ਹੈ, ਔਰ ਉਹ ਸਮੁੰਦਰ ਇਤਨਾ ਗਰਮ ਹੈ ਕਿ ਅਗਰ ਹਵਾਈ ਜਹਾਜ਼ ਜਾਏ ਉਸਨੂੰ ਵੀ ਬਾਹ ਲੱਗ ਜਾਂਦੀ ਹੈ, ਅਗਰ ਸਮੁੰਦਰੀ ਜਹਾਜ਼ ਜਾਏ ਉਸਨੂੰ ਵੀ ਬਾਹ ਲੱਗ ਜਾਂਦਾ, ਦਰਜਾ ਹਰਾਰਤ ਬਹੁਤ। ਹੱਦੇ ਸ਼ੁਮਾਲ ਕੈਨੇਡਾ, ਆਸਟ੍ਰੇਲੀਆ ਜਨੂਬ ਦੀ ਹੱਦ ਔਰ ਕੈਨੇਡਾ ਸ਼ਮਾਲ ਦੀ ਹੱਦ, ਉਸ ਤੋਂ ਅੱਗੇ ਜਿਹੜੀ ਚੀਜ਼ ਗਈ ਹੈ ਅੱਜ ਤੱਕ ਵਾਪਸ ਨਹੀਂ ਆ। ਖਰਬਾਂ ਡਾਲਰ ਅਮਰੀਕਾ ਬਰਤਾਨੀਆ ਖਰਚ ਕਰ ਚੁੱਕੇ ਨੇ, ਉੱਥੇ ਕੋਈ ਸ਼ੈ ਵਾਪਸ ਨਹੀਂ। ਹੱਦੇ ਮਗਰਬ ਨਾਰਵੇ, ਨਾਰਵੇ ਤੋਂ ਅੱਗੇ ਸਫੈਦ ਬਰਫ਼ ਦਾ ਪਹਾੜ ਹੈ ਜਿਸ ਦੀ ਬੁਲੰਦੀ ਆਸਮਾਨ ਨਾਲ ਮਿਲੀ। ਉੱਥੇ 6 ਮਹੀਨੇ ਦਾ ਦਿਨ ਹੈ ਔਰ 6 ਮਹੀਨੇ ਦੀ ਰਾਤ, ਹਾਂ ਪੂਰੇ ਸਾਲ 'ਚੋਂ 1 ਦਿਨ ਹੈ 1 ਰਾਤ। ਉੱਥੇ ਗਰਮ ਕੱਪੜਾ ਉਤਾਰਨ ਦਾ ਤਸੱਵਰ ਹੀ ਹੈ ਹੀ ਕੋਈ, ਪੈਕ ਪੂਰੀ ਬਾਡੀ ਪੈਕ ਹੁੰਦੀ ਹੈ ਗਰਮ ਕੱਪੜੇ 'ਚ। ਉਸ ਤੋਂ ਅੱਗੇ ਜਿਹੜੀ ਚੀਜ਼ ਗਈ ਹੈ ਉਹ ਜੰਮ ਗਈ ਹੈ, ਹਾਂ ਕਿਉਂਕਿ -400 ਹੈ, -400 ਅਤੇ ਮਨਫੀ 'ਤੇ 12 ਨਹੀਂ ਹੋਵੇ ਤਾਂ ਜ਼ਿੰਦਗੀ ਖਤਮ ਹੋ ਜਾਂਦੀ। ਇਹ ਮੈਂ ਤੁਹਾਨੂੰ ਜੋਗਰਾਫੀਆ ਦੱਸਿਆ, ਹਦੂ ਦਰਬਾ ਦੱਸਿਆ, ਹਦੂ ਇਸ ਵਕਤ ਦੁਨੀਆ 'ਤੇ ਜਿਹੜੀ ਕੁੱਲ ਇਨਸਾਨੀ ਆਬਾਦੀ ਹੈ ਉਹ 5.5 ਅਰਬ ਇਨਸਾਨ ਹੈ ਜੀ, 6 ਅਰਬ ਕਰ ਲਓ ਜੀ, ਹਾਂ ਜੀ ਇਹ ਦਾਦੋ ਸ਼ੁਮਾਰ ਪਿਛਲੇ ਮੈਂ ਪੜ੍ਹ ਰਿਹਾ, ਜਿਹਦੇ ਵਿੱਚੋਂ 1.5 ਅਰਬ ਮੁਸਲਮਾਨ, ਮਜ਼ੀਦ ਕੋਈ ਸਾਹਿਬ ਇਲਮ ਮੇਰੇ ਤੋਂ ਹੋਏਗਾ ਤਾਂ ਇਸ ਦੀ ਹੋਰ ਸ਼ਰ੍ਹਾ ਕਰ ਦੇਗਾ, ਮੈਂ ਵੈਸੇ ਇਸ ਦੀ ਤਹਿਕੀਕ ਦੇ ਪਿੱਛੇ ਪਏ ਹਾਂ, ਵਕਤ ਲੱਗਦਾ ਹਰ ਚੀਜ਼ ਨੂੰ ਤਲਾਸ਼ ਕਰਨ। ਦੁਨੀਆ ਦਾ ਸਭ ਤੋਂ ਛੋਟਾ ਸਕੂਲ ਜਿਹੜਾ ਹੈ ਮਦਰਸਾ ਉਹ ਪ੍ਰਾਇਮਰੀ ਹੈ, ਨਿਚਲੀ ਸਤਾ ਜਿਹੜਾ ਸਰਗਾਣੀ ਵੀ ਮੌਜੂਦ। ਦੁਨੀਆ ਦਾ ਸਭ ਤੋਂ ਵੱਡਾ ਤਾਲੀਮੀ ਇਦਾਰਾ ਬਕੌਲ ਆਵਾਮ ਦੇ ਬਿਹਤਰ ਅੱਲਾ ਜਾਣਦਾ ਐਕਸਫੋਰਡ, ਇੱਕ ਫਖਰ ਹੈ ਕਿ ਮੈਂ ਐਕਸਫੋਰਡ ਦਾ ਤਾਲੀਮ ਯਾਫਤਾ, ਬੇਨਜ਼ੀਰ ਸਾਹਿਬਾ ਉੱਥੋਂ ਦੀ ਪੜ੍ਹੀ ਸੀ, ਕੈਦ ਆਜ਼ਮ ਵੀ ਉੱਥੇ ਪੜ੍ਹੇ ਸੀ, ਇਲਾਮਾ ਇਕਬਾਲ ਵੀ ਉੱਥੇ ਪੜ੍ਹੇ ਸੀ, ਮਿੱਤਰਾਂ ਫਰਾਂਸ ਦਾ ਸਦਰ ਉੱਥੋਂ ਦਾ ਪੜ੍ਹਿਆ ਸੀ ਵਗੈਰਾ ਵਗੈਰਾ, ਨਵਾਬ ਮੁਜ਼ੱਫਰ ਅਲੀ ਖਾਨ ਵੀ ਸਾਡੇ ਜਿਹੜੇ ਸ਼ੀਆ ਰਹਿਨਮਾਸ ਹਨ ਉੱਥੋਂ ਦੇ ਪੜ੍ਹੇ। ਜਿਹੜੇ ਮੇਰੇ ਸੁੰਨੀ ਭਾਈ ਬੈਠੇ ਉਹ ਸਿਰਫ ਤੁਹਾਡੇ ਨਾਲ ਗੱਲ ਹੈ, ਸ਼ੀਆ ਨਾਲ ਮੇਰੀ ਕੋਈ ਗੱਲ ਨਹੀਂ,
ਸ਼ੀਆਂ ਤੋਂ ਮੈਂ ਚੰਦਾ ਮੰਗਣਾ, ਬਸ ਇਹਨਾਂ ਨਾਲ ਮੇਰੀ ਇਤਨੀ ਹੀ ਗੱਲ ਹੈ। ਅਜੇ 4 ਦਿਨ ਬਾਕੀ ਨੇ, ਯਾਨੀ ਕਿ ਆ 6 ਦਾ ਦਿਨ ਗੁਜ਼ਰ ਗਿਆ ਹੈ ਨਾ, 7, 8, 9, 10 ਚਾਰ ਦਿਨ ਥੋੜ੍ਹੇ ਨਹੀਂ। ਤਹਿਕੀਕ ਕਰਨੀ ਹੋਵੇ ਨਾ ਤਾਂ 4 ਦਿਨ ਬੜੇ ਨੇ, ਬੰਦੇ 10 ਮਿੰਟ ਦਾ ਵੀ ਟਾਈਮ ਮੰਗ ਲੈਂਦੇ ਵੀ ਜੀ 10 ਮਿੰਟ ਬਾਅਦ ਦੱਸੇ ਨੇ। ਮੈਂ 4 ਦਿਨ ਦਾ ਟਾਈਮ ਇਹਦੇ ਸੁਨਤ ਬਾਈਆਂ ਨੂੰ ਪੈ ਦੇਣਾ ਕਿ ਤੁਸਾਂ 4 ਦਿਨ ਅੱਲਾ ਔਰ ਅੱਲਾ ਦੇ ਰਸੂਲ ਦੇ ਵਾਸਤੇ ਆਪਣੇ ਆਲਮ ਕੋਲ ਜਾਣ। ਉਹਨਾਂ ਨੇ ਕਹਿਣਾ ਜੀ ਆਸਟ੍ਰੇਲੀਆ ਤੋਂ ਲੈ ਕੇ ਕੈਨੇਡਾ ਤੱਕ, ਨਿਊਜ਼ੀਲੈਂਡ ਤੋਂ ਲੈ ਕੇ ਨਾਰਵੇ ਤੱਕ, ਸਰਗਾਣੀ ਦੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਐਕਸਫੋਰਡ ਤੱਕ, ਸ਼ੀਆਂ ਦਾ ਇੱਕ ਛੋਟਾ ਜਿਹਾ ਜ਼ਾਕਰ ਹੈ ਨਾ, ਉਹਦਾ ਰਿਆਜ਼ ਹੈ, ਮਸ਼ਹੂਰ ਰਤਵਾਲ ਹੈ, ਉਹਨੇ ਵੀਡੀਓ ਦੇ ਸਾਹਮਣੇ ਅਤੇ ਹਜ਼ਾਰਾਂ ਦੇ ਮਜਮੇ 'ਚ ਔਰ ਕੱਚੀ ਦੇ ਸਭ ਤੋਂ ਬੜੇ ਮਜਮੇ 'ਚ ਜਿਹਦੇ ਵਿੱਚ ਕਮ ਅਜ਼ ਕਮ 5-6 ਜ਼ਿਲ੍ਹਿਆਂ ਦੇ ਲੋਕ ਬੈਠੇ ਨੇ, ਉਹਨੇ ਜਨਾਬ ਬੜਾ ਦਾਅਵਾ ਕੀਤਾ ਹੈ ਅਤੇ ਸਾਨੂੰ ਉਹਦਾ ਜਵਾਬ ਚਾਹੀਦਾ ਹੈ। ਅਗਰ ਉਹ ਜਵਾਬ ਦੇ ਦੇਣ ਤਾਂ ਮੈਂ ਉਸ ਬਾਰਗਾਹ ਅੱਗੇ ਗਰਦਨ ਨਾ ਕਟਾਵਾਂ, ਮੈਂ ਨਸਲੇ ਹੁਸੈਨ ਨਾ ਹੋਵਾਂ। ਔਰ ਜਿਹੜੇ ਤੁਸੀਂ ਸ਼ੀਆ ਸੁਣਦੇ ਹੋ ਪਏ, ਤੁਹਾਨੂੰ ਕਸਮ ਹੈ ਬੀਬੀ ਜੀ, ਤੁਸਾਂ ਮੈਨੂੰ ਗੁਸਲ ਨਹੀਂ ਦੇਣਾ, ਮੈਨੂੰ ਕਫਨ ਨਹੀਂ ਦੇਣਾ, ਟੁਕੜੇ ਟੁਕੜੇ ਕਰਕੇ ਮੇਰੀ ਲਾਸ਼ ਉਸੇ ਕੁੱਤਿਆਂ ਅੱਗੇ ਪਾ ਦੇਣੀ ਹੈ, ਅਤੇ ਜ਼ਿੱਦ ਦਾ ਇਲਾਜ ਕੋਈ ਨਹੀਂ। 12 ਮੇਰੇ ਇਮਾਮ ਨੇ, ਪਹਿਲੇ ਦਾ ਨਾਂ ਅਲੀ ਏ, ਆਖਰੀ ਦਾ ਨਾਂ ਮਾਦੀ ਏ, ਕੋਈ ਦੁਨੀਆਂ 'ਤੇ ਮਾਂ ਪੁੱਤਰ ਹੀ ਨਹੀਂ ਜੰਮਿਆ ਜਿਹੜਾ ਸਾਬਤ ਕਰੇ ਮੇਰਾ ਇਮਾਮ ਕਿਤਾਬ ਲੈ ਕੇ ਕਿਸੇ ਸਕੂਲ ਗਿਆ ਹੋਵੇ, ਕਿਸੇ ਮਦਰਸੇ ਗਿਆ ਹੋਵੇ। ਗੁਜ਼ਾਰਿਸ਼ ਇਹ ਹੈ ਕਿ ਜ਼ਿੱਦ ਛੋੜੋ। ਮੈਂ ਮਿਸਾਲ ਇੱਕ ਦੇਣ ਲੱਗਾ, ਮੈਂ 6 ਮੁਹਰਮ ਬਵਕਤੇ 9:30 ਸਰਗਾਣੀ ਫੌਤ ਹੋ ਗਿਆ, ਮੇਰੀ ਰੂਹ ਪਰਵਾਸ ਕਰ ਗਈ ਹੈ। ਇੱਕ ਆਦਮੀ 100 ਸਾਲ ਬਾਅਦ ਪੈਦਾ ਹੋਇਆ ਹੈ, ਅੱਜ ਦੇ ਦੀਨ ਤੋਂ 100 ਸਾਲ ਬਾਅਦ। ਬੋਲੋ ਕਿਸਨੇ ਸਾਹਿਬ, ਉੱਚਾ ਬੋਲੋ। ਉਹ ਮੈਂ ਅੱਜ ਫੌਤ ਹੋ ਗਿਆ, ਮੇਰੇ ਫੌਤ ਹੋਣ ਤੋਂ 100 ਸਾਲ ਬਾਅਦ ਪੈਦਾ ਹੋਇਆ। ਅਤੇ ਤੁਸੀਂ ਉਹਨੂੰ ਪਾ ਪੁੱਛਦੇ ਹੋ ਕਿ ਰਿਆਜ਼ ਸੈਨ ਸ਼ਾਹ ਦਾ ਕੱਦ ਕਿਤਨਾ ਆਈ। ਮੇਰੀ ਮਿਹਨਤ ਵੀ ਵੇਖ ਲਓ ਅਤੇ ਆਪਣੀ ਦਾਤ ਵੀ ਵੇਖ ਲਓ। ਪੈਦਾ ਹੋਇਆ ਮੇਰੇ ਮਰਨ ਤੋਂ, ਤੁਸਾਂ ਉਹਦੇ ਕੋਲ ਕਾਗਜ਼ ਪੈਨਸਲ ਲੈ ਕੇ ਬੈਠ ਗਏ ਹੋ, ਇਹ ਭਾਈ ਜਾਨ ਰਿਆਜ਼ ਸੈਨ ਸ਼ਾਹ ਦਾ ਕੱਦ ਕਿਤਨਾ ਹੈ? ਨੱਕ ਐਸੀ ਆਈ, ਅੱਖਾਂ ਕੈਸੀਆਂ, ਵਾਲ ਕੈਸੇ ਆ, ਟੁਰਦਾ ਕਿਵੇਂ ਆਈ, ਨਮਾਜ਼ ਕਿਵੇਂ ਪੜ੍ਹਦਾ ਆਈ, ਬੋਲਦਾ ਕਿਵੇਂ ਆਈ? ਅਫਸੋਸ, ਉਹ ਤੁਸੀਂ ਇਹਨਾਂ ਨੂੰ ਪੁੱਛੋ ਇਹ ਜਿਹੜੇ ਮੈਨੂੰ ਵੇਖ ਰਹੇ। ਜ਼ਿੱਦ ਬਣਾ ਲਈ ਜੇ ਬਸ ਬਾਦਸ਼ਾਹੀ ਜੇ ਤੁਹਾਡੀ, ਤਾਂ ਬਾਦਸ਼ਾਹ ਹੋ ਅਤੇ ਵੱਡੇ ਹੋ ਅਤੇ ਤਾਕਤਵਰ ਹੋ, ਅਸੀਂ ਗਰੀਬ ਹਾਂ ਅਤੇ ਕਮਜ਼ੋਰ ਹਾਂ, ਸਾਡੀ ਗਰੀਬ ਸਮਝ ਕੇ ਨਾ ਸੁਣਦਾ। ਇੱਥੇ ਮਾਸਟਰ ਸਾਹਿਬ ਹੱਦ ਜਾਰੀ ਕਰਨੇ ਆ, ਕੱਲ੍ਹ ਇੱਥੇ 5,000 ਦਾ ਸਟਾਮ ਪਿਆ ਹੋਵੇ, ਮੈਂ ਦਸਖਤ ਕਰ ਦਿਆਂਗਾ।
ਤੂੰ ਨਬੀ ਦਾ ਹੁਲੀਆ ਤੇ ਨਬੀ ਦਾ ਤਰੀਕਾ ਪੁੱਛੇ ਹੀ ਉਹਨਾਂ ਨੇ ਜਿਹੜੇ ਨਬੀ ਦੇ ਪਰਦਾ ਕਰਨ ਤੋਂ 100 ਸਾਲ ਬਾਅਦ ਪੈਦਾ ਹੋਏ ਨੇ, ਅਸਾਂ ਉਹਨਾਂ ਨੂੰ ਪੁੱਛਿਆ ਜਿਹੜੇ ਕੰਨ ਤੇ ਬਹਿ ਕੇ ਵਹਿੰਦੇ ਰਹੇ ਨੇ ਸਜਦਾ ਕਰਨਾ ਮੈਂ 96 ਪੜ੍ਹਿਆ ਜੀ, 96 ਤੇ 97 ਦੋ ਸਾਲ ਮੈਂ ਪੜ੍ਹਿਆ ਜੀ। ਇਹਦਾ ਮਤਲਬ ਹੈ ਚਲੋ ਪਹਿਲੀ ਵਾਕਫੀਅਤ ਛੋੜ ਦਿਓ, 96 ਤੋਂ ਤਾਂ ਹੈ, ਸਾਲ ਕਿਤਨੇ ਬਣ ਗਏ ਹੁਣ ਤੱਕ? 16 ਸਾਲ ਬਣ ਗਏ। ਅੱਛਾ ਲਓ ਜਨਾਬ, ਤੁਹਾਡੇ ਉਹ ਇੱਕ ਸਾਡੇ ਵੱਲ ਪੰਜਾਬੀ ਦਾ ਮੁਹਾਵਰਾ ਹੈ, ਪਤਾ ਨਹੀਂ ਤੁਸੀਂ ਇਸਤੇਮਾਲ ਕਰਦੇ ਹੋ ਕਿ ਨਾ ਕਰਦੇ, ਸਾਡੇ ਜੀਟੀ ਰੋਡ 'ਚ ਹੈ ਕਿ ਤੇਰੀਆਂ ਕੰਨਾਂ 'ਤੇ ਨੇ, ਤੇਰੀਆਂ ਇਸ ਤੋਂ ਮੁਰਾਦ ਹੈ ਵੀ ਤੂੰ ਜਿਤਨਾ ਜ਼ੋਰ ਲਾ ਸਕਦਾ ਲਾ। ਮੁਹਾਵਰਾ ਜ਼ਰਬੁਲ ਮਿਸਲ ਹੈ। 16 ਸਾਲ ਦੀ ਤੁਹਾਡੀ ਮੇਰੀ ਵਾਕਫੀਅਤ, ਬੋਲੋ ਬੋਲੇ ਕਿਉਂ ਨਾ ਹੈ ਨਾ, ਚਲੋ ਦੱਸੋ ਮੇਰਾ ਯੋਮ ਪੈਦਾਇਸ਼ ਕੀ ਹੈ? ਰੱਤੋ ਵਾਲੀਆ ਕਿਤਾਬਾਂ ਦੀ ਜ਼ਾਕਰੀ ਨਹੀਂ ਕਰਦਾ, ਰੱਤੋ ਵਾਲੀਆ ਪੰਚਾਇਤ ਦੀ ਜ਼ਾਕਰੀ ਕਰਦਾ। ਮੇਰੇ ਆਪਣੇ ਤਰੀਕੇ ਨੇ, ਮੈਂ ਆਪਣੀ ਜ਼ਾਕਰੀ ਦਾ ਆਪ ਹੀ ਖਾਲਕ ਹਾਂ, ਮੈਂ ਆਪਣੀ ਜ਼ਾਕਰੀ ਦਾ ਆਪ ਹੀ ਮੂਜਦ ਹਾਂ, ਮੈਂ ਇਹਦਾ ਖੁਦ ਜ਼ਿੰਮੇਵਾਰ। ਕਿਉਂ? ਮੈਨੂੰ ਕਿਤਾਬ ਦੇ ਹਵਾਲੇ ਦੀ ਜ਼ਰੂਰਤ ਨਹੀਂ, ਮੇਰੇ ਕੋਲ ਅਕਲ ਅੱਲਾ ਮੈਨੂੰ ਦਿੱਤੀ ਹੈ, ਮੈਂ ਅਸ ਮਸਾਇਲੇ ਦੇ ਨਾਲ ਹੱਲ ਕਰਨਾ। ਦੱਸੋ ਜੀ ਮੇਰਾ ਯੋਮ ਪੈਦਾਇਸ਼ ਕੀ? ਇਹ ਇੱਥੇ 2-3 ਬੰਦੇ ਮੇਰੇ ਪੁਰਾਣੇ ਵਾਕਫ ਨੇ, ਮਾਸਟਰ ਸਾਹਿਬ ਹੋ ਗਿਆ ਆਪਣੇ, ਕੀ ਕਾਸਮ ਸਾਹਿਬ, ਕਾਸਮ ਨਹੀਂ ਬਲੋਚ, ਹਾਂ ਪਹਿਲਾ ਮੁਹਰਮ ਮੈਨੇ ਨਹੀਂ ਆਖਿਆ ਸੀ। ਅੱਛਾ ਪਿੱਛੇ ਇਹ ਸਾਰਿਆਂ ਦਾ ਵਾਕਫ ਹੈ, ਅੱਜ ਇਹਨੇ ਜਿਹੜਾ ਬੈਠਾ ਹੈ ਮਨਜ਼ੂਰ, ਹਾਂ ਯਾਨੀ ਕਿ ਪੁਰਾਣੇ ਮੇਰੇ 3 ਵਾਕਫ ਨੇ ਬੰਦੇ, ਬਾਕੀ ਬਾਅਦ 'ਚੋਂ ਵਾਕਫ ਬਣੇ। ਇਹਨਾਂ 3 ਵੀ ਚੈਲੰਜ ਹੈ ਉੱਠਣ ਦੱਸਣ ਮੇਰੀ ਤਾਰੀਖ ਪੈਦਾਇਸ਼ ਕੀ? ਅੱਛਾ ਇਹ ਤੁਸੀਂ ਵੀ ਤਜਰਬਾ ਕਰੋ, ਕਦੀ ਆਪਣੇ ਸਹੁਰੇ ਨੂੰ ਪੁੱਛਿਆ ਜੇ ਬਈ, ਕਦੀ ਆਪਣੇ ਸਹੁਰੇ ਨੂੰ ਜੇ ਸ਼ਾਦੀ ਸ਼ੁਦਾ ਹੋ ਨਾ, ਆਪਣੇ ਸਹੁਰੇ ਨੂੰ ਫੋਨ ਕਰੋ ਬਈ ਜੀ ਤੁਹਾਡਾ ਦਾਮਾਦ ਬੋਲ ਰਿਹਾ ਤੇ ਮੇਰੀ ਯੋਮੇ, ਪਾਗਲ ਤੇ ਨਹੀਂ ਹੋ ਗਿਆ? ਅੱਛਾ ਚਲੋ ਆਪਣੀ ਜ਼ੌਜਾਨ ਪੁੱਛੋ, ਸਰੇਕੀ ਜ਼ੁਬਾਨ ਚੋਂ ਜ਼ੌਜਾਨ ਕੀ ਆਉਂਦੇ ਹੋ? ਜ਼ਾਲ। ਜਦੋਂ ਨਾ ਪਤਾ ਲੱਗੇ ਦੱਸਿਆ ਕਰੋ। ਜ਼ਾਲ ਨੂੰ ਫੋਨ ਕਰਕੇ ਬਾਅਦ ਚੋਂ ਮਜਲਿਸ ਖਤਮ ਹੋ ਜਾਏ ਨਾ ਤਾਂ ਆਪਣੀ ਜ਼ਾਲ ਨੂੰ ਘਰ ਜਾ ਕੇ ਪੁੱਛਿਆ ਬਈ ਤੂੰ ਜੋ ਮੇਰੀ ਜ਼ਾਲ ਹੈ, ਮੇਰੇ ਘਰ ਆਉਂਦੀ ਹੈ, ਮੇਰੇ ਘਰ ਆ ਲਈ ਹੈ ਤੇ ਮੇਰੀ ਯੋਮੇ ਪਦਾਈ ਦੱਸ। ਹੋ ਸਕਿਆ ਪਾਗਲ ਹੋ ਗਿਆ, ਕਮਲਾ ਹੋ ਗਿਆ, ਮਾਨ ਪੁੱਛ। ਅੱਛਾ ਚਲੋ ਜਿਹੜਾ ਤੁਹਾਡਾ ਦੋਸਤ ਹੈ ਉਹਨੂੰ ਪੁੱਛੋ ਫੋਨ ਕਰਕੇ, ਚਲੋ ਮੈਂ ਇਜਾਜ਼ਤ ਦਿੰਦਾ, ਫੋਨ ਕੱਢੋ ਕੱਢੋ ਟੈਲੀਫੋਨ ਕੱਢੋ, ਜਿਹੜਾ ਤੁਹਾਡਾ ਖਾਸ ਯਾਰ ਹੈ ਇਹ ਲਓ ਮੇਰਾ ਫੋਨ ਲੈ ਲਓ, ਇਹ ਲਓ ਮਤੇ ਤੁਹਾਡੇ 2 ਰੁਪਏ ਨਾ ਲੱਗ ਜਾਣ, ਉਹਨੇ ਤੋਂ ਫੋਨ ਕਰਕੇ ਮਿਲਾਓ, ਹੈਲੋ ਹੈਲੋ, ਹਾਂ ਬਈ ਤੂੰ ਮੇਰਾ ਯਾਰ ਹੈ? ਯਾਰ ਹਾਂ। ਮੇਰਾ ਯੋਮ ਪੈਦਾਇਸ਼ ਕੀ ਹੈ? ਉਸ ਆਖਿਆ ਵੀ ਅੱਜ ਕੀ ਖਾਂਦਾ ਜੀ? ਇਤਨੀ ਵੀ ਅਕਲ ਨਹੀਂ,
यौमे पदाइश ना जाल दा मसला है, ना सौरे दा मसला है, ना यार दा मसला है। तू रसूल दा यौमे पदाइश भी कदी सौरिया तो पिया पूछना है? की किता जे यार दाद ही नहीं जे दी जाल में ऐसा जमाना है। बेड़ा गर्क हो गया है किसे कहानियां सुन सुन के, जरा फलसफा भी सुनिया करो। माहियत समझी दी ये शायद ही किताबां च हर शायद लग जाती। किताबां फिर क्या लिखियां, मैं अपने मतलब दी लिख ली, तुसा अपने मतलब खबरें वाले अपनी खबर दे ली, नोए वक्त वाले अपनी दे ली, जंग वाले अपनी दे ली। फलसफा आंदा है जरा चीज नू कट के लिया आंदा है, मेहनत लगती बड़ी। यौमे पदाइश ना साल का मसला है, ना साले दा है, ना सौरे दा है, ना यार दा है। प्योर मसला है। मैं एक और आसान कर देना, सरकारी इलामा तहरुल कादरी जेडे साडे आलमे दीन ने, नाम सुनिया होगा, वो 12 रबीउल अव्वल नूं मनांदे ने ईद मिलादुन नबी यादगारे पाकिस्तान। 2 to 2.5 lakh का मजमा आंदा है। इधर कागज फड़ेंगे, उतना कागज दे दे बस, मिसाल देनी है तेरा। रुका आ गया कि हजूर का आप ईद मिलादुन्नबी मनाते हैं, हजूर की विलादत मनाते हैं, आप इतने बड़े आलम हैं, आपको शर्म नहीं आती कि ये सहाबा कराम ने नहीं मनाया तो आप क्यों मनाते हैं? को कान खोलो के रतोवाड़िया पड़ता है पिया। बालाली गल ना करो, मेरा दिल ना दुखाया करो, मैं मेहनती आदमी कि ये सहाबा कराम ने नहीं मना, आप क्यों मनाते हैं? आप क्यों मनाते हैं जबकि आपका मजहब सहाबा का मजहब है? उन्हें जो कोई हद है, मैं सीडी मेरे कोल है, मैं पेश कर सकना। तहरुल कादरी ने क्या, रुका लिखने वाला जाहिल है, इसका बाप जाहिल है, ये खुद जाहिल है, इसकी तालीम नाकस है, इस नालायक को ये पता ही नहीं है कि यौमे विलादत यार और सुहाब नहीं मनाते, ये घर वाले मनाते हैं। हर गल पुछी उसनों है जिड़ा मौके ते कुछ 100 साल बाद जमे है, कुछ 40 साल बाद कलमा पड़े है, असी उस तो रसूल दी सीरत पुछते फिरने। रसूल दी इब्तदाई जिंदगी पुछनी है ते अबू तालब तो पुछ, रसूल दी जवानी पुछनी है ते अली तो पुछ, रसूल दा बुढ़ापा पुछना ही ते हसन ते हुसैन तो पुछ। धोखा ही धोखा दी है उन्हें, साधे जाए मुसलमान ने पोड़े जाए, तो मुसलमाना धोखा पिया देना है, तो बड़ा फख्र पिया करना है मैं कामयाब हो गया। तू आलमे दीन है कि सियासतदान है? वो तो सियासी लोग वोट लैन वास्ते आते हैं, पुड़ भी बन जाएगा, स्कूल भी बन जाएगा, कॉलेज भी बन जाएगा, बिजली भी आ जाएगी, उन्हें वोट लेना होता। तू आलम है कि सियासी लीडर है? आलम दा तल्लक सियासत नाल नहीं, आलम दा तल्लक कुरान नाल। इंजी मेराज वाली रवायत है, वह मेराज वाली भी इंजी है भाई, हजूर सुते रहे ने ते ख्वाब आया, ते ख्वाब चूते गए,
ਤੇ ਫਿਰ ਵਾਪਸ ਆ ਗਏ। ਰਾਵੀ ਕੌਣ ਹੈ? ਕੋਈ ਬੰਦਾ ਲਾਨਤ ਦਾ ਲਫ਼ਜ਼ ਇਸਤੇਮਾਲ ਨਹੀਂ ਕਰੇਗਾ। ਸੁੰਨੀ ਭਾਈ ਬੈਠੇ ਹੁੰਦੇ ਨੇ, ਉਹਨਾਂ ਦੀ ਦਿਲ ਆਜ਼ਾਰੀ ਹੁੰਦੀ, ਮੇਰੀ ਮਿਹਨਤ ਜ਼ਾਇਆ ਹੁੰਦੀ। ਤੁਹਾਨੂੰ ਆਦਤ ਉਸ ਵੇਲੇ ਬੇਸ਼ੁਮਾਰ ਸ਼ੁਰੂ ਕਰ ਦੇ। ਕੋਈ ਹੌਸਲਾ ਵੀ ਕੀਤਾ ਕਰੋ, ਕੋਈ ਗੱਲ ਸਮਝਾਉਣ ਵੀ ਕਿਸੇ ਨੇ ਦਿੱਤਾ। ਉਹ ਲਾਏ ਹੀ ਤੁਹਾਨੂੰ ਇਸ ਗੱਲ 'ਤੇ ਗਿਆ, ਤੁਹਾਡਾ ਕਸੂਰ ਵੀ ਕੋਈ ਨਹੀਂ। ਘਰ ਦੀਆਂ ਗੱਲਾਂ ਘਰ ਕੀਤਾ ਕਰੋ, ਮਸਜਿਦ ਦੀਆਂ ਗੱਲਾਂ ਮਸਜਿਦ 'ਚੋਂ ਕੀਤਾ ਕਰੋ, ਇਮਾਮ ਬਾਰਗਾਹ ਦੀਆਂ ਬਾਤਾਂ ਇਮਾਮ ਬਾਰਗਾਹ। ਮੈਂ ਅਲੇ ਸੁੰਨਤ ਨੂੰ ਮੁਹੱਬਤ ਨਾਲ ਬੁਲਾਉਣਾ ਵੀ ਉਹ ਮੇਰੇ ਭਰਾ ਨੇ, ਮੇਰੀ ਆ ਕੇ ਗੱਲ ਸੁਣ ਲੈਣ, ਫਿਰ ਤਹਿਕੀਕ ਕਰਨ। ਤੁਸੀਂ ਮੰਦੇ ਸ਼ੁਰੂ ਕਰ ਦਿੰਦੇ। ਦੋ ਰਾਵੀ ਨੇ ਇਸ ਰਵਾਇਤ ਦੇ ਕੇ ਹਜ਼ੂਰ ਸੁੱਤੇ ਰਹੇ ਨੇ, ਖਾਬ ਆਇਆ ਤੇ ਖਾਬ ਜੋ ਜਾਗ ਆ ਗਏ। ਰਾਵੀ ਕੌਣ ਹੈ? ਕੋਈ ਬੰਦਾ ਹੈ ਐਸਾ ਜਿਹੜਾ ਮੇਰਾ ਇੱਥੇ ਜ਼ਾਮਨ ਪਵੇ? ਜੀ ਜ਼ਾਮਨ ਹੋ ਮੇਰੇ? ਲਓ ਜਨਾਬ ਜ਼ਾਮਨ ਹੋ ਮੇਰੇ ਤੇ ਜਾਓ ਕੱਲ ਮੇਰਾ ਯਾਰਾਂ ਮੇਰਾ ਟਾਈਮ ਰਖਾਓ। ਤੁਸੀਂ ਜ਼ਾਮਨ ਹੋ ਨਾ ਤੇ ਯਾਰਾਂ ਮੇਰਾ ਸਰਗਾਣੀ ਦੇ ਸੁੰਨੀ ਭਾਈਆਂ ਨਾਲ ਟਾਈਮ ਰਖਾਓ। ਗੈਰ ਨਹੀਂ, ਉਹਨਾਂ ਤੱਕ ਸੁਨੇਹਾ ਠੀਕ ਨਹੀਂ ਪਹੁੰਚਿਆ। ਉਹ ਮੁਨਕਰ ਨਹੀਂ, ਉਹ ਮੰਨਣ ਵਾਲੇ ਨੇ, ਮਗਰ ਪੈਗਾਮ ਗਲਤ ਪਹੁੰਚ ਗਿਆ। ਤਾਰੀਖ ਜਿਹੜੀ ਉਹਨਾਂ ਨੂੰ ਲੈਟਰ ਦਿੱਤਾ ਗਿਆ ਉਸ 'ਤੇ ਤਾਰੀਖ ਗਲਤ ਪਈ। ਉਹ ਗਏ ਹੈਣ, ਸ਼ਾਦੀ ਇੱਕ ਦਿਨ ਪਹਿਲਾਂ ਹੋ ਗਏ। ਦੋ ਰਾਵੀ ਨੇ ਮੇਰਾਜ ਦੇ ਵਾਕਿਆ ਦੇ, ਇੱਕ ਉਮਲ ਮੋਮਨੀਨ ਜਨਾਬ ਐਸ਼ਾ ਰਜ਼ੀ ਅੱਲਾਹ ਤਾਲਾ ਅਨਹਾ ਔਰ ਇੱਕ ਅਮੀਰ ਸ਼ਾਮ, ਇਹ ਦੋ ਰਾਵੀ ਨੇ। ਜ਼ਾਮਨ ਮੇਰਾ ਪੈ ਗਿਆ, 11 ਮੁਹਰਮ ਦਾ ਮੇਰੇ ਨਾਲ ਟਾਈਮ ਤੁਸਾਂ ਕੱਲ੍ਹ ਬਣਾਉਣਾ ਹੈ, ਮੈਨੂੰ ਦੱਸਣਾ ਹੈ, ਮੈਂ ਆਪਣੀ ਡਾਇਰੀ 'ਤੇ ਲਿਖਣਾ ਹੈ। ਮੈਂ ਇਸ ਗੱਲ 'ਤੇ ਬਾਤ ਤਾਂ ਕਰਨੀ ਹੈ, ਅਸਟਾਮ ਲਿਖ ਕੇ ਸ਼ਨਾਖਤੀ ਕਾਰਡ ਦੀ ਨਕਲ ਲਾ ਕੇ, ਪੈਸੇ ਸ਼ਰਤ ਨਹੀਂ ਲਾਣੇ, ਸ਼ਰਤ ਲਾਣੀ ਹੈ ਜਾਨ। ਜਦਣ ਮੇਰੇ ਆਕਾ ਮੇਰਾਜ 'ਤੇ ਹੋਏ ਨੇ, ਮਾਵੀਏ ਕਲਮੇ ਹੀ ਨਹੀਂ ਪੜੇ ਆ ਅਤੇ ਅੰਮਾ ਨਾਲ ਨਿਕਾਹ ਹੀ ਨਹੀਂ ਹੋਏ ਆ, ਤੂੰ ਰਵਾਇਤਾਂ ਕਿੱਥੋਂ ਬਣਾ ਲਈਆਂ ਨੇ? ਸਾਹਿਬ ਆਇਆ ਇੱਕ ਵਾਰੀ ਉੱਠ ਕੇ ਨਾਰਾ ਮਰਾਓ ਜੀ, ਸਾਰੇ ਮਜਮੇ ਤੋਂ ਨਾਰਾ ਉੱਠ ਕੇ ਖੜੇ ਹੋ। ਖੁਦਾ ਦੇ ਬੰਦੇ, ਜਾਂ ਸਮਝੋ ਜਾਂ ਸਮਝਾਓ, ਲੜੋ ਨਹੀਂ। ਸਮਝ ਆ ਗਈ? ਮੌਲਵੀ ਚਾਹੁੰਦਾ ਹੈ ਅਸੀਂ ਲੜੀਏ ਤਾਂ ਕਿ ਨਫ਼ਰਤ, ਮੈਂ ਚਾਹੁੰਦਾ ਅਸੀਂ ਸੁਲਹ ਕਰੀਏ ਔਰ ਰਲ ਕੇ ਬੈਠ ਕੇ ਮਸਾਇਲ ਦਾ ਹੱਲ ਤਲਾਸ਼ ਕਰੀਏ। ਤੁਸੀਂ ਦੱਸੋ, ਮੈਂ ਸਵੇਰੇ ਨਾਸ਼ਤਾ ਕਿਹੜੀ ਚੀਜ਼ ਦਾ ਕੀਤਾ? ਕੋਈ ਪਤਾ ਨਹੀਂ, ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਸਭ ਕਾਪੀ ਪੜ੍ਹਦੇ ਨੇ, ਫਿਲਪਦੀ ਪੜ੍ਹਨ ਬੜਾ ਔਖਾ ਹੁੰਦਾ। ਦੱਸੋ ਮੈਂ ਕੀ ਨਾਸ਼ਤਾ ਕੀਤਾ? ਮੈਨੂੰ ਤੁਹਾਡੇ ਕੋਲ 6 ਦਿਨ ਨੇ, ਦੱਸੋ ਮੈਂ ਨਾਸ਼ਤਾ ਕੀ ਕੀਤਾ? ਕੋਈ ਪਤਾ ਨਹੀਂ। ਨਜ਼ਾਕਤ ਨੂੰ ਪਤਾ ਹੈ ਕਿਉਂ? ਉਹਦੇ ਘਰ ਕੀਤਾ ਹੈ ਨਾ। ਰਸੂਲ ਨੂੰ ਮੇਰਾਜ ਅੰਮਾ ਐਸ਼ਾ ਦੇ ਘਰੋਂ ਹੋਇਆ ਹੈ ਅਤੇ ਨਾ ਰਸੂਲ ਨੂੰ ਮੇਰਾਜ ਮਾਵੀਏ ਦੇ ਘਰੋਂ ਹੋਇਆ ਹੈ, ਮੇਰਾਜ ਹੋਇਆ ਹੈ ਅਬੂ ਤਾਲਬ ਦੇ ਘਰੋਂ। ਅਬੂ ਤਾਲਬ ਨੂੰ ਪੁੱਛ ਕਾ ਖਾਬ ਆਇਆ ਹੈ ਕਿ ਆਪ ਕੇ ਹੈ? ਜ਼ਿੱਦਾਂ ਬਣਾਈਆਂ ਜੇ ਨਫ਼ਰਤ ਬਣਾਈ। ਮਦਦ ਨਹੀਂ ਸੀ ਮੰਗੀ,
ਮਦਦ ਤੂੰ ਆਪ ਕਰਦੇ ਨੇ, ਉਹਨਾਂ ਸਭ ਤੋਂ ਨਲਾਇਕਾਂ ਤੋਂ ਮਦਦ ਕੀ ਮੰਗਣੀ ਸੀ? ਉਹਨਾਂ ਕਿਹਾ ਨਸਰ ਹੀ ਅਨਸੁਰ ਉਹਨਾਂ ਨੁਸਰਤ, ਮਦਦ ਜ਼ਾਤ ਦੀ ਹੁੰਦੀ ਹੈ, ਨੁਸਰਤ ਮਿਸ਼ਨ ਦੀ ਹੁੰਦੀ ਹੈ। ਮੁਸ਼ਕਿਲ ਬਾਤਾਂ ਨੇ ਬਣਾ, ਆਹਿਸਤਾ ਆਹਿਸਤਾ ਕੋਸ਼ਿਸ਼ ਕਰਾਂਗੇ ਤੁਹਾਨੂੰ ਇਲਮ ਵਾਲੇ ਪਾਸੇ ਲਿਆਉਣ। ਪਿਓ ਕਤਲ ਹੋ ਗਿਆ, ਹੋਰ ਹੈ ਕੋਈ ਨਾ, ਅਣਡਿੱਠ ਗਲੀਆਂ ਵਾਕਫ ਕੋਈ ਨਹੀਂ। ਰਾਤ ਦੇ 2 ਦਾ ਟਾਈਮ ਹੈ, 2 ਛੋਟੇ ਛੋਟੇ ਭੁੱਖੇ ਬੱਚੇ ਤੇ ਜ਼ਖਮੀ ਪਿਓ। ਅੰਜੇ ਗਲੀ 'ਚ ਇੱਕ ਦੀਵਾਰ ਦੀ ਟੇਕ ਲਾ ਕੇ ਬੈਠੇ ਨੇ ਤੇ ਬੱਚੇ ਪਿਓ ਨੂੰ ਪਾ ਪੁੱਛਦੇ ਨੇ, ਬਾਬਾ ਅਸਾਂ ਇਹਨਾਂ ਦਾ ਕਸੂਰ ਕਿਹੜਾ ਗਿਆ? ਬਾਬਾ ਇਹ ਸਾਨੂੰ ਕਿਉਂ ਮਾਰ? ਜੋ ਆਵਾਜ਼ ਸੁਣ ਕੇ ਇੱਕ ਔਰਤ ਨੇ ਦਰਵਾਜ਼ਾ ਖੋਲਿਆ, ਉਸ ਕਿਹਾ ਆਪਦੇ ਖੁਦਾ ਕੂਫੇ ਦੇ ਹਾਲਾਤ ਠੀਕ ਨਹੀਂ, ਤੇਰੇ ਨਾਲ ਤੇ ਬੱਚੇ ਵੀ ਨੇ, ਜਿਤਨੀ ਜਲਦੀ ਹੋ ਸਕਦਾ ਹੀ ਬੱਚੇ ਲੈ ਕੇ ਚਲਾ ਜਾ, ਆਪਣੇ ਘਰ ਚਲਾ ਜਾ। ਬਸ ਘਰ ਦਾ ਨਾਮ ਆਇਆ ਹੈ ਮੁਸਲਿਮ ਦੀ ਚੀਖ ਨਿਕਲੀ। ਫਰਮਾਇਆ ਜਿਹਦਾ ਘਰ ਹੋਵੇ ਉਹ ਰਾਤੀ 2 ਵਜੇ ਗਲੀਆਂ 'ਚ ਪੁੱਤਰ ਲੈ ਕੇ ਨਹੀਂ। ਅੱਛਾ ਤੂੰ ਮੁਸਲਿਮ ਹੈ? ਹਾਂ। ਅੱਛਾ ਤੇਰੇ 'ਤੇ ਕਤਲ ਦੇ ਇਨਾਮ ਰੱਖ ਦਿੱਤੇ? ਮੈਨੂੰ ਆਪਣੇ ਕਤਲ ਦੀ ਕੋਈ ਨਹੀਂ, ਮੈਨੂੰ ਤੇ ਨਾ 2 ਮਾਸੂਮਾਂ ਦੀ। ਤੂੰ ਪਨਾਹ ਦੇ ਸਕਨੀ? ਉਸ ਕਿਹਾ ਨਹੀਂ ਮੈਂ ਪਨਾਹ। ਜਨਾਬ ਮੁਸਲਿਮ ਕਿਹਾ ਇਤਨਾ ਇਹਸਾਨ ਚਾ ਕਰ, ਇਤਨਾ ਇਹਸਾਨ ਚਾ ਕਰ, ਇਹ ਗਲੀ, ਇਸ ਗਲੀ 'ਚੋਂ ਮੈਂ ਸੱਜੇ ਗੁਜ਼ਰ ਜਾਣਾ, ਮੇਰੇ ਗਲੀ ਦੇ ਮੋੜ ਤੱਕ ਇਹਨਾਂ ਨੂੰ ਰੱਖ ਲੈ, ਜਿਸ ਮੈਂ ਗਲੀ ਦਾ ਮੋੜ ਮੁੜ ਜਾਵਾਂ। ਹੋ ਸਕੇ ਮੁਸਲਿਮ ਸ਼ਹੀਦ ਹੋ ਗਏ, ਬੱਚੇ ਰੁੱਲ ਗਏ, ਬਾਪ ਕਤਲ ਹੋ ਗਿਆ, ਬੱਚੇ ਸ਼ਹਿਰ 'ਚੋਂ ਨਿਕਲੇ, ਕੈਦ ਕਰਕੇ ਲੈ ਆਏ। ਇਬਨੇ ਜ਼ਿਆਦ ਦੀ ਫੌਜ ਘੋੜਿਆਂ 'ਤੇ ਆਈ, 3 ਮੀਲ ਉੱਥੋਂ ਜ਼ਿੰਦਾਨ ਬਣਦਾ, ਕੀ ਫਰਕ ਪਾਉਂਦਾ ਜੀ ਬੱਚੇ ਆਉਣ? ਦੁਸ਼ਮਣੀ ਵੱਡਿਆਂ ਨਾਲ ਹੁੰਦੀ ਹੈ, ਬੱਚਿਆਂ ਨਾਲ। ਇੱਕ ਵੱਡੇ ਨੂੰ ਆਪਣੇ ਨਾਲ ਘੋੜੇ 'ਤੇ ਬਾ ਲੈਂਦਾ, ਇੱਕ ਛੋਟੇ ਨੂੰ ਆਪਣੇ ਨਾਲ ਘੋੜੇ 'ਤੇ। ਪੈਦਾ ਕਰਨ ਵਾਲੇ ਦੀ ਕਸਮ ਹੈ, ਸੁਣੀ ਬਿਰਾਵਾਂ ਉਹ ਸਾਡੀ ਸੁਣੀ ਕਿਸੇ ਨਹੀਂ। ਜਵਾਨ ਅਤੇ ਸਿਹਤਮੰਦ ਸਿਪਾਹੀ ਘੋੜਿਆਂ 'ਤੇ, ਅਤੇ 3 ਦਿਨ ਦੇ ਭੁੱਖੇ ਅਤੇ ਤੱਸੇ ਅਤੇ ਜ਼ਖਮੀ ਬੱਚੇ ਘੋੜਿਆਂ ਦੇ ਅੱਗੇ ਅੱਗੇ। ਕਿਆ ਤੇਰੇ ਬੱਚੇ ਨਾਲ ਕੋਈ ਐਸਾ ਕਰੇ ਤੂੰ ਮਾਫ ਕਰੇਗਾ? ਦਿਨ ਪਿਆ ਲਾਂਦਾ ਆਈ, ਵਕਤ ਬਿਲਕੁਲ ਨਾ ਬਚਿਆ, ਦਿਨ ਪਿਆ ਲਾਂਦਾ ਆਈ। ਜੀ ਇੱਕ 6 ਸਾਲ ਦਾ ਆਈ ਜਾਂ 7 ਸਾਲ ਦਾ ਆਈ, ਇੱਕ 5 ਸਾਲ ਦਾ ਆਈ ਜਾਂ 4 ਸਾਲ ਦਾ? ਦੁਰਗਾ ਹੈ ਜ਼ਿੰਦਾਨ ਤਾਲੇ ਪਿਆ ਮਾਰਦਾ ਹੀ, ਖਾਣਾ ਕੈਦੀਆਂ ਦੇ ਸਿਪਾਹੀ ਆਏ, ਉਹਨਾਂ ਕਿਹਾ ਵੀ ਆ ਬੱਚੇ ਵੀ ਕੈਦ ਕਰਨੇ ਨੇ, ਇਬਨੇ ਜ਼ਿਆਦ ਦਾ ਹੁਕਮ ਹੈ। ਉਸ ਕਿਹਾ ਐਡੇ ਛੋਟੇ ਬੱਚੇ? ਆਖੇ ਹਾਂ, ਇਬਨੇ ਜ਼ਿਆਦ ਦਾ ਡਰ। ਉਹ ਇਕੱਠੇ ਕੈਦ ਕਰਨ ਲੱਗਾ, ਉਹਨਾਂ ਕਿਹਾ ਨਾ ਅਲੈਦਾ ਅਲੈਦਾ, ਵੱਡਾ ਜ਼ਖਮੀ ਹੈ, ਛੋਟੇ ਨੂੰ ਬੁਖਾਰ ਹੈ। ਹੁਣ ਕੱਚੀ ਵਾਲੇ ਹੋ, ਤੁਹਾਡਾ ਹੱਕ ਬਣਦਾ ਜੀ ਮੇਰੇ ਤੋਂ ਪੁੱਛਦੇ ਹੋ, ਬਰਤੋ ਵਾਲੀ ਯਾਰ ਰਹੇ ਇਕੱਠੇ
تے توں پیا پڑھنا ہے ایک زخمی آئی بین بخار آئی یہ وضاحت تے کر میں گل وڈے مار دے آن جسے وڈے مار کے چھوٹے مارن لگ دے آن تے چھوٹا وڈا رو کے آندا آئی ان نہ مارو یہ حصے دا بھی ماں کیا آئی چھوٹے پتر دی جا نہ کھانا نہ پانی نہ تکیا نہ بستر چھوٹے بخار آئی بخار چو پیاس بڑی لگتی تے دوسرا ہے پھپھی چاہے خالہ چاہے بھائی چاہے بچہ مطمئن وہ ایک ہی رٹ ہوتی ہے میں اماں کول جانا ہے میں اماں کول جانا ہے میں اماں کول جانا کدی کدی دوسرے کمرے چو آواز آتی ہے اماں پانی اماں ترے ڈاڑی لگی وڈا سیخاں تے ٹکرا مار کے آندا ہے او متے کوئی مسلمان پیا سندا ہوئے او مسافر تے یتیم سمجھ کے احسان جا کرو میرا بھرا مرد ہے گیا کہیں سن ادھی رات مشکور دی بیوی ڈراکلا خواب بیٹھا وارث نو آندی کو بچے قید کیتے نہیں ہاں کھانا پانی کوئی نہ کوئی پتہ ہی کون آن آخر میں پوچھے اس کیا انج لگتا ہے کوئی رلے ہوئے سید نے آخر تین کی میں پتہ لگا ہے اس کیا تریجی بار عالم خواب جو ایک مستور ہے جی میرے خواب چاہ کے آدھی ہے کچھ حیا کرو میں تھوڑے نبی دی دھیاں میری جوڑی رل گئی ہے اے کھانا ہی اے پانی آ جا بڑا فریاد پیا کرتا ہے تالا کھولیا بڑا چھوٹے کول آیا ہے سر کدائیں پہ آیا سجا ہاتھ کدائیں کھبا ہاتھ کدائیں بے ترتیب جسم بخار دی شدت ہوٹ خشک بستر کوئی نہیں تنہا بڑا منہ چم کے آندا اتنا پانی تو پینا نہیں جتنا میں خون بہایا ہے اٹھو میرا ویر پانی آیا ہے پتہ ہی اما آ کے آئی کٹھے رویا ہے ایک دوجے دا ساتھ نہ چھوڑیا ہے پیو بھی ٹر گیا ہے تم ہی ٹر چلے ہیں وڈے چھوٹے بھرا دا ماتم شروع کیتا آئیو میرا غریب ویر آئیو میرا تصاویر مشکور نبض تے ہترا کے آندا ہے ذرا حوصلہ کر اجے نبضاں چل دیاں نے پیاں وڈا ہاتھ بن کے آندا ہے جے ناراض نہ ہوئے جنت چاہی دیا ہاں فرمایا اسی تین جنت دینے ہاں تیرے گھر کوئی پردے دار ہے یہ آندا ہے ایک میری زال ہے دو میریاں دھیاں ہیں کہ جا انہاں لایا میں وعدہ کرنا جب تک تیری زال تے تیریاں دھیاں میرے بھائی دے کمرے جان دیاں میں دوسرے کمرے چ بیٹھا رہا اسی بڑے بڑے پردے دار ہیں تیرے تقوی تو صدقے وہ تیری حیا تو صدقے اس عمر تن پردیاں دا پتہ ہے واپس آیا ہے بی بی ناندہ اٹھ میں جنت لائے آیا چھوٹا بے ہوش ہے اسنو بیدار کرنا ہے یہ آن دیئے کہ ٹھیک ہے میں چلنی ہاں مگر کھڑ میں ذرا برکہ پالا ہوں جڑا بندہ شیعہ ہے وہی ہائے نہ نکلی میرے دل جو زخم ہو جائے گا جیسے عورت آ کے نا میں برکا پا لوا مشکور منہ تے پٹ کے آندا ہے برکے نا اگ لا ایک پنجا سال آندا ہے ایک پنجا سال
सुनी बाइया दूसरे दोस्तों भी लियाओ आओ तुहानू दसीए तुहाडे नबी दी औलाद नाल होया की करा। फरमाया जिवें मावां पुत्रां नूं जगांदियां फरमाया मां मां ते नहीं वडांदा है साडे नाल को रिश्ता बनाए ना सानू निभावण दा वल आंदा। फिजा भी तो साड़ी मां ना ही क्या असा निभाया कि नहीं निभाया। तू मां बन मैं मुस्लिम दा यतीम तेरे नाल वादा करना क्यामत आले दिन मैं अम्मा दा दामन नप के तेरे कोल घेना सा। मेरी मां पुछेगी मैंने सौरत दे कोल क्यों आंदा ही मैं आखसा तू मेरे सुखां दी मां है ये सारियां दुखां चुमके आंदी है जाग वे मां मिलन आई आ। अखी खोल के आंदा है असी भुलन आले नहीं ठीक है तू मां ही है। जिंदान चो निकले टुरदे अंधेरा यतीमी खौफ हर कोई दुश्मन बंदा एक दुश्मन होवे ना तो उस रस्ते चो नहीं गुजरीदा ते जिते सारा शहर ही दुश्मन। एक लफ्ज़ दी माफ़ी सादात और सैयदादियां तो लफ्ज़ ज़रा सख्त है माफ़ी मैं पहले मांग लवा मेरा असूल है हक बनता है माफ़ी मांगनी चाहिए सख्त जुमला है ज़रा इस वास्ते मैं पहले माफ़ी मांग ली। दीवारां ते हाथ रख के वड्डा पिया टुरदा जी दसदा ते आई कोई शै ना अंधेरा आई रात आई छोटे वड्डे की कमीज़ का दम न पे ते कदी आंदा है भाई आहिस्ता टुर मेरे पैर दर्द कर दे भाई मैं बुखार बड़ा है। फरमाया भाई मते जुल्म दी नगरी चो निकल जाइए ऐ मेरा दामन पकड़ी आते टुरदा यकदम वड्डे दे पैर नो ठोकर लगी उजड़े वड्डे दा झड़ना ही उत्ते छोटा झड़े। हुण जिस गल दी मैं माफी मंगी है तुहाडे कोल ओ आए कसम पैदा करन वाले दी जिसे दुआ अंधेरे च हथ ला के वेख्या है पत्थर नाई प्यो दी लाश पई है जुलम के खिलाफ तो साढ़े ना रल ना। एक झाड़ी छुप गया हारस की बीवी का इतफाकन गुजर है बड़ा छुटना दा चुप कर जा को मुसलमान बयान दे इसने सुन लिया किस मां की झोली उजाड़ी पै वड़ा हक बन के आंदा जे वेख ले आई सानू कुछ ना क्या दी नहीं मैं तुहानू घर पहुंचाऊंगी दसो तो सही कौन जैसे पूछे ना दसो कौन हो छोटे वड्डे दी कण तो कुड़ता चाया वड्डे छोटे दी कण तो कुड़ता चाया पिटके आंदी ये कौन मारदा रहा है वड्डां दा जिन्हों दसने आना ओ ही मार। बंदा शिया भी होवे ते शिया दे घर जमया होवे ते लफ्ज़ बर्दाश्त कर जा आदी ये मैं नहीं मारदी वड्डा आंदा कोई जामन दे आदी ये मेरा मुर्शिद अब्बासा है उस एक बैद गल माई पा के आंदे ने मामा रुल गए जमानत पी देनी है असी उनकी पैगण ग
گھر لے گئی ہے وکھرے کمرے لیتا ہے. ادھی رات نو یہ حرام زادہ آیا پوچھے آسے بچیاں دی آواز کوئی پڑوسیاں دے نو سا کہہ نہیں اگے آج تک آواز پڑوسیاں دے بچے دے یہ مسلم دی جوڑی ہے تالا توڑیا سنیرے چ ہاتھ مار دا گیا سجے ہاتھ دیاں انگلیاں وڈے دیاں زلفاں چ کھبے ہاتھ دیاں زلفاں چھوٹے دیاں زلفاں چ کی ہویا سیدانا نیرے فتوی لائے مجلس نہ کراؤ تے رو پڑے ویکو تے صحیح ہویا کی سیداں نسل رسولاں کعبے دا حاجیاں امام دا زواراں غلط پڑھاں پتر رسول دا معاف نہ کرے جڑا شیعہ ماتم نہیں کرے گا میں اودی شکایت ابا سکے کراں گا کہ تیرے یتیم بنیا تے اس بندے دے منہ چوں ہائے وی نہیں نکلی تے تیرا ادا کی تعلق آئی. ساری رات کوفے دا ہر بچہ نرم بستر تے ستا رہا ہے رقیہ دی جوڑی ساری رات ستون دے نال بدی رہی مرحبا 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 اے اس طرح بدے اس اس طرح نا ستون آئی نا اس طرح ایک دا منہ اے دے پیچھے ستون دوجے دا منہ لادے لادے بعد پوچھتا آئی کتھے رہے ہو کدی وڈے نے تماچا کدی چھوٹے نے تماچا اذان آئیے اللہ اکبر معافی پھر معافی پھر معافی پھر معافی شیعہ معافی اللہ واسطے غصہ نہ کرے جے تاریخ ہے میں کی کراں ایتھوں رسی کھولی سی معافی دیا جے معافی دیا جے ایتھوں رسی کھولی سی یہ چون سالاں دی دھی چھت تے چڑھ کے آ رہی ہے او متے کوئی نمازی جا گیا ہو اے اللہ واسطے ساڈے گھر آؤ ساڈے مہمان مہمان ماتم سونا لگتا ہے ماتم سونا لگتا ہے بطول دیا پتراں دا ساڈے مہمان پے نہ حرام زادے بیوی دی منی نہ زال دی منی نہ دھی دی منی اس طرح پکڑ کے نا فرات دے کنارے تلے وڈاندا اے سننا پیا اشہد ان محمد رسول اللہ اسی دی اولاد ہاں اساں کیڑا ایتھوں کلمہ پڑھیا اسے تواڈے نانے دی تلوار آئی علی دی تے اساں ڈردیاں کلمہ پڑھیا کوئی ساڈا کسے دے یقین نہیں جے کلمہ پڑھیا ہوندا تے تواڈے نال میں انجی کرنا وہ ساڈی مجبوری آئی اساں پڑھ لیا. چلو کمیزاں لاؤ قتل واسطے تیار ہو ورنہ دا نماز دا ٹائم ہے ساڈی نماز قضا کوئی دو رکعت واجب پڑھ لیں یہاں دا پڑھو شہزادے گئے نے اگے کہ وضو کریے نماز ادا کریے کتے دے پتر ایتھوں والاں تو نہ پیا آندا ہے وضو دے بہانے پانی پیندے وڈاں دا کلوئی نہ کرن دے منہ تے پانی پاؤں یہ آندا میں پانی نہ ہتھ وی نہیں لان دے واندے دریا دی من تے مسلم دی جوڑی او سنی شیاں او نرا لڑنا ہی سکیا تیمم آندا ہے پڑھ لئیے نماز
پڑھ لے گی. یہ آندا ہے کمیز آ لاؤ, وڈا آندا ہے قتل اتھوں کرنا ہی. نہ ساڈی ماں, نہ ساڈا بابا, نہ ساڈے نانکے, نہ ساڈے دا. اتنا احسان چا کر اتھوں گردنا لا دے, کمیزاں رہن دے, بے وطنا دا کفن بنوے. حرام زادہ دا نہیں کمیزاں لاؤ. وڈے انہ للا پڑھ کے کمیز لاہی ہے, کچھیا لیا وڈا لانا رہا ہے, چھوٹا وڈے لوے دا رہا ہے. اس حرام زادے بڑے ظلم دا تماچا چھوٹے دے منہ تے مارے, زمین تے جھڑے آئے بڑے اٹھایا ہے. رو کے آندا جتنا دلی مار, میرے چھوڑا مینا لا کوئی نہیں, مگر میں تو قسم چواں میں نہ پایا ہے, نہ میں لایا ہے, میرے بیڑا پوے دیا ہے. وڈے بیرا چھوٹے دی کمیز پھاڑ دیتی, ہن نہ ماری میں لہنا کمیز, ایتھوں پھڑ کے کمیز پھاڑ دیتی. آندا ہے سر جھکاؤ, وڈے سر جھکایا ہے, اتے چھوٹا سا رکھ کے آندا ہے پہلے میں مار, چھوٹے نوں مارن لگدا ہے وڈا آندا ہے کتیا پہلے میں مار. اینوں سمجھ نہیں آندی میں کی کراں, تلوار جاندا ہے گردنا تبدیل ہو جاندی ہے. حرام زادے کھبے ہاتھ نال چھوٹے نوں والا تو پکڑیا, سجا ہاتھ مار کے تلوار وڈے دے سر تے مارن لگائے, دے مسلم دیاں دیاں نے ماما پھرا ملا. سیداں دا اے میریاں انگلیاں چ ویکھو, لازے دے مہمان. ہر بندہ ماتم کرو یار محرم دے دن. سیدادیاں اولیاں جٹھا کی یہ دوے تلو کمیزاں لتھیاں ہوئی, وڈی چھوٹی نہ دیے توں رج کے ویکھ لائے, مہمان بلا لیا وا, اما پتران مل نہیں تے بھاجیا لادے دے مہمان. جدن ماں یہ وڈا زبا ہویا پہ آئی, چھوٹا وڈے دے ہاتھ پیر پیا بڑھیں دا, اچا وین کر کے آ دیے وے ماں صدقے کمیز کہلائی آئی, آ دیے وے تینوں پاون دا ول نہیں آندا کڑتا کہلائی آئی. جدن چھوٹے ماں دی آواز سنیے بے بس چھوٹے دے منہ جو نکلیا نت مان کرے دی, قسم دینا جنازے جا کے جایا ہے جلدی باہر نہ نکلے آئے, او نے جنہاں دا چایا کسے نائی, دریا آئی تے نال بطول ٹر دی جاندی آئی, ارے پانی میرے پتراں نے چا او ساڈے چاویں والا کوئی نہیں, او میری جوڑی ماری گئی
जानती थी।